ਹੁਣ ਇਹ ਵੀ ਗੱਲ ਕਮਾਲ ਦੀ ਹੈ ਕਿ ਜੋ ਕੁਝ ਮੈਂ ਸੋਚਦਾ ਜ਼ਰੂਰੀ ਨਹੀਂ ਕਿ ਹਰ ਹਾਲ ਉਸੇ ਤਰ੍ਹਾਂ ਹੀ ਹੋਵੇ, ਕਿਉਂਕਿ ਜੋ ਕੁਝ ਵਾਪਰਦਾ ਉਹ ਮੇਰੇ ਹੱਥ ਵਿੱਚ ਨਹੀਂ। ਅਤੇ ਸਤਿਗੁਰੂ ਜੀ ਬਾਣੀ ਵਿੱਚ ਫਰਮਾਨ ਕਰਦੇ ਨੇ, ਜਦੋਂ ਵਾਪਰਦਾ ਉਹ ਜਿਸ ਦੇ ਹੱਥ ਵਿੱਚ ਹੈ ਉਹ ਮੇਰੀ ਗੱਲ ਪੁੱਛ ਕੇ ਨਹੀਂ ਤੁਰਦਾ। ਦੁਨੀਆਂ ਵਿੱਚ ਜੋ ਕੁਝ ਵਾਪਰ ਰਿਹਾ ਜ਼ਰੂਰੀ ਨਹੀਂ ਕਿ ਮੇਰੀ ਮਰਜ਼ੀ ਮੁਤਾਬਕ ਹੋਵੇ, ਅਤੇ ਜਿਸ ਦੀ ਮਰਜ਼ੀ ਨਾਲ ਵਾਪਰ ਰਿਹਾ ਜ਼ਰੂਰੀ ਨਹੀਂ ਕਿ ਉਹ ਮੈਨੂੰ ਪੁੱਛ ਕੇ ਤੁਰੇ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ, ਬੀਓ ਪੂਛ ਨਾ ਮਸਲਤ ਧਰੈ, ਬੀਓ ਮੈਣੇ ਦੂਸਰਾ, ਭਾਵ ਪ੍ਰਭੂ ਕਿਸੇ ਦੂਸਰੇ ਮਨੁੱਖ ਨੂੰ ਪੁੱਛ ਕੇ ਰਾਏ ਕਰਕੇ ਸਲਾਹ ਕਰਕੇ ਨਹੀਂ ਤੁਰਦਾ। ਰੱਬ ਕਦੇ ਕਿਸੇ ਕੋਲੋਂ ਪੁੱਛਦਾ? ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ, ਜੋ ਕੁਝ ਕਰਦਾ ਉਹ ਤੇ ਆਪਣੀ ਮਰਜ਼ੀ ਨਾਲ ਕਰਦਾ, ਉਹ ਤੇ ਉਸਦੀ ਇੱਛਾ ਦੇ ਮੁਤਾਬਕ, ਕਿਸੇ ਦੂਸਰੇ ਕੋਲੋਂ ਪੁੱਛਦਾ ਹੀ ਨਹੀਂ। ਫਿਰ ਬਲਕੇ ਕਦੇ ਕਦੇ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜੋ ਕੁਝ ਮੈਂ ਸੋਚਦਾ ਬਿਲਕੁਲ ਉਸਦੇ ਉਲਟ ਹੋ ਜਾਂਦਾ, ਪ੍ਰਭੂ ਦੀ ਮਰਜ਼ੀ ਬਿਲਕੁਲ ਉਸਦੇ ਉਲਟ ਹੈ। ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਕਦੇ ਕਦੇ ਐਸਾ ਵੀ ਵਾਪਰਦਾ, ਮਤਾ ਕਰੈ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਂਦਾ। ਬੰਦਾ ਸਲਾਹ ਕਰਦਾ, ਅੱਜ ਤੇ ਮੈਂ ਪੱਛਮ ਵੱਲ ਜਾਣਾ, ਫਲਾਣੀ ਦਿਸ਼ਾ ਵੱਲ ਜਾਣਾ, ਪਰ ਪਤਾ ਉਦੋਂ ਲੱਗਦਾ ਜਦੋਂ ਰੱਬ ਦੇ ਹੁਕਮ ਵਿੱਚ ਬਿਲਕੁਲ ਉਲਟ ਦਿਸ਼ਾ ਵੱਲ, ਪੂਰਬ ਵੱਲ ਤੁਰ ਪੈਂਦਾ, ਕਿਉਂਕਿ ਇਹ ਸਾਰਾ ਕੁਝ ਮਨੁੱਖ ਦੇ ਹੱਥ ਵਿੱਚ ਨਹੀਂ। ਵੈਸੇ ਜ਼ਰੂਰੀ ਨਹੀਂ ਕਿ ਜੋ ਕੁਝ ਮੈਂ ਚਾਹਾਂ ਉਹ ਪੂਰਾ ਹੋ ਹੀ ਜਾਏ, ਕਿਉਂਕਿ ਬਹੁਤ ਵਾਰ ਮੇਰੀ ਇੱਛਾ ਕਿਸੇ ਦੂਸਰੇ ਮਨੁੱਖ ਦੀ ਇੱਛਾ ਦੇ ਬਿਲਕੁਲ ਉਲਟ ਹੈ। ਹੁਣ ਰੱਬ ਕਿਸ ਕਿਸ ਦੀ ਇੱਛਾ ਪੂਰੀ ਕਰੇ? ਮੈਨੂੰ ਯਾਦ ਹੈ ਇੱਕ ਬੜਾ ਖਾਸ ਵਾਕਿਆ। ਥੋੜ੍ਹੀ ਦੇਰ ਪਹਿਲਾਂ ਸਰਦੀਆਂ ਦੇ ਦਿਨਾਂ ਵਿੱਚ ਇੱਕ ਸਰਦਾਰ ਜੀ ਹੋਰੀ ਮਿਲੇ, ਦੋ ਬੇਟੇ ਸਨ ਉਹਨਾਂ ਦੇ, ਔਰ ਦੋਵਾਂ ਵਿੱਚੋਂ ਇੱਕ ਹੌਜ਼ਰੀ ਦਾ ਗਰਮ ਕੱਪੜਿਆਂ ਨੂੰ ਵੇਚਣ ਦਾ ਕੰਮ ਕਰਦਾ ਸੀ, ਬਣਾਉਂਦਾ ਸੀ, ਅਤੇ ਦੂਸਰਾ ਇੱਟਾਂ ਦਾ ਪੱਠਾ, ਇੱਟਾਂ ਵੇਚਣ ਦਾ ਕੰਮ ਕਰਦਾ ਸੀ, ਬਣਾਉਂਦਾ ਸੀ ਇੱਟਾਂ। ਸਰਦੀਆਂ ਦੇ ਦਿਨਾਂ ਵਿੱਚ ਇੱਕ ਵਾਰ ਲਗਾਤਾਰ ਕਿਤਨੇ ਦਿਨ ਸੂਰਜ ਨਾ ਦਿਸਿਆ, ਬਹੁਤ ਠੰਡ ਹੋਈ, ਅਤੇ ਸਰਦਾਰ ਹੋਰੀ ਇੱਕ ਦਿਹਾੜੇ ਮੇਰੇ ਪਾਸ ਆਏ ਅਤੇ ਆ ਕੇ ਕਹਿਣ ਲੱਗੇ, ਅੱਜ ਕੱਲ੍ਹ ਇੱਕ ਬੜੀ ਅਨੋਖੀ ਗੱਲ ਵਾਪਰ ਰਹੀ ਹੈ, ਤੁਹਾਨੂੰ ਸੁਣਾਵਾਂ। ਮੈਂ ਕਿਹਾ ਦੱਸੋ। ਕਹਿਣ ਲੱਗੇ, ਜਿਹੜਾ ਬੇਟਾ ਤੇ ਹੌਜ਼ਰੀ ਦਾ ਗਰਮ ਕੱਪੜਿਆਂ ਦਾ ਕੰਮ ਕਰਦਾ ਨਾ, ਉਹ ਤੇ ਰੋਜ਼ ਆ ਕੇ ਅਰਦਾਸ ਕਰਦਾ, ਰੱਬਾ ਤੇਰਾ ਬਹੁਤ ਸ਼ੁਕਰ ਹੈ, ਕਿੰਨੇ ਦਿਨ ਹੋ ਗਏ ਨੇ ਸੂਰਜ ਨਹੀਂ ਦਿਸਿਆ, ਠੰਡ ਬਹੁਤ ਪੈ ਰਹੀ ਹੈ, ਜੇ ਤੂੰ ਕਿਰਪਾ ਕਰੇ 4 ਦਿਨ ਹੋਰ ਸੂਰਜ ਨਾ ਦਿਸੇ, ਠੰਡ ਹੋਰ ਜ਼ਿਆਦਾ ਪਵੇ, ਮੇਰੇ ਸਾਰੇ ਦੇ ਸਾਰੇ ਗਰਮ ਕੱਪੜੇ ਵਿਕ ਜਾਣਗੇ, ਮੈਂ ਤੇ ਮਾਲਾਮਾਲ ਹੋ ਜਾਵਾਂਗਾ, ਕਿਰਪਾ ਕਰ 4 ਦਿਨ ਹੋਰ ਸੂਰਜ ਨਾ ਨਿਕਲੇ। ਕਹਿਣ ਲੱਗੇ, ਦੂਸਰਾ ਬੇਟਾ ਰੋਜ਼ ਅਰਦਾਸ ਕਰਦਾ, ਰੱਬਾ ਇੱਟਾਂ ਬਣਾਉਣਾ, ਸੁੱਕਣਗੀਆਂ ਤਾਂ ਜੇ ਧੁੱਪ ਨਿਕਲੇ, ਬੜੇ ਦਿਨ ਹੋ ਗਏ ਨੇ ਧੁੱਪ ਨਹੀਂ ਨਿਕਲੀ, ਕਿਰਪਾ ਕਰ ਧੁੱਪ ਤੇ ਜ਼ਰੂਰ ਨਿਕਲੇ, ਜੇ 4 ਦਿਨ ਹੋਰ ਧੁੱਪ ਨਾ ਨਿਕਲੀ, ਸੂਰਜ ਨਾ ਦਿਸਿਆ, ਮੈਂ ਤੇ ਕੰਗਾਲ ਹੋ ਜਾਵਾਂਗਾ, ਰਹਿਮਤ ਕਰ ਅੱਜ ਹੀ ਧੁੱਪ ਕਰ। ਅਤੇ ਹੱਸ ਕੇ ਕਹਿਣ ਲੱਗੇ, ਭਲਾ ਦੱਸੋ ਰੱਬ ਕਿਸ ਦੀ ਮਰਜ਼ੀ ਪੂਰੀ ਕਰੇਗਾ? ਵੈਸੇ ਬਾਤ ਤਾਂ ਬਿਲਕੁਲ ਵਾਜਬ ਹੈ, ਜ਼ਰੂਰੀ ਨਹੀਂ ਕਿ ਹਰੇਕ ਮਨੁੱਖ ਦੀ ਇੱਛਾ ਇੱਕ ਜੈਸੀ ਹੀ ਹੋਵੇ, ਬਲਕਿ ਬਹੁਤ ਵਾਰ ਮਨੁੱਖਾਂ ਦੀਆਂ ਇੱਛਾਵਾਂ ਇੱਕ ਦੂਸਰੇ ਦੇ ਵਿਰੋਧ ਵਿੱਚ ਖੜੀਆਂ ਨੇ, ਬਿਲਕੁਲ ਇੱਕ ਦੂਸਰੇ ਦੇ ਆਹਮੋ ਸਾਹਮਣੇ। ਰੱਬ ਕਿਸ ਦੀ ਇੱਛਾ ਪੂਰੀ ਕਰੇਗਾ? ਹੋ ਸਕਦੀ ਵੀ ਨਹੀਂ। ਔਰ ਖਿਮਾ ਕਰਿਓ, ਜ਼ਰੂਰੀ ਨਹੀਂ ਕਿ ਜੇ ਮੇਰੀ ਹਰੇਕ ਇੱਛਾ ਪੂਰੀ ਹੋ ਵੀ ਜਾਏ ਮੈਂ ਤਾਂ ਵੀ ਖੁਸ਼ ਹੋਵਾਂਗਾ, ਜ਼ਰੂਰੀ ਨਹੀਂ ਮੈਂ ਖੁਸ਼ ਹੋਵਾਂ, ਜ਼ਰੂਰੀ ਨਹੀਂ ਹੈ ਮੇਰੀ ਹਰੇਕ ਇੱਛਾ ਪੂਰੀ ਹੋ ਜਾਏ, ਮੈਂ ਕਿਤੇ ਬਹੁਤ ਸੁਖੀ ਹੋਵਾਂ, ਬਹੁਤ ਪ੍ਰਸੰਨ ਹੋਵਾਂ, ਐਸਾ ਵੀ ਜ਼ਰੂਰੀ ਨਹੀਂ। ਮੈਂ ਇੱਕ ਪੁਰਾਤਨ ਗਾਥਾ ਪੜ੍ਹੀ,
ਕਹਿੰਦੇ ਨੇ ਇੱਕ ਵਾਰ ਇੱਕ ਮਨੁੱਖ ਨੇ ਬੜੀ ਭਗਤੀ ਕੀਤੀ। ਭਗਵਾਨ ਪ੍ਰਗਟ ਹੋਏ ਅਤੇ ਕਹਿਣ ਲੱਗੇ, ਦੱਸ ਭਗਤਾ ਕੀ ਇੱਛਾ ਤੇਰੀ? ਅਤੇ ਭਗਤ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਹੁਣੇ ਤਾਂ ਕੁਝ ਨਹੀਂ ਚਾਹੀਦਾ, ਬਸ ਇੱਕ ਵਰ ਦੇ ਜਾਓ, ਇੱਕ ਕਿਰਪਾ ਕਰ ਜਾਓ ਕਿ ਜੋ ਕੁਝ ਸੋਚਾਂ ਉਹੀ ਕੁਝ ਪੂਰਾ ਹੋ ਜਾਏ, ਜੋ ਕੁਝ ਮੇਰੇ ਮਨ ਵਿੱਚ ਆਏ ਉਸੇ ਤਰ੍ਹਾਂ ਹੋ ਜਾਏ, ਫਿਰ ਮੈਂ ਬੜਾ ਸੁਖੀ ਹੋਵਾਂਗਾ। ਹੁਣ ਪੁਰਾਤਨ ਕਹਾਣੀਆਂ ਦੇ ਮੁਤਾਬਕ ਭਗਵਾਨ ਵਚਨ ਦੇ ਚੁੱਕੇ ਸਨ, ਇਸ ਲਈ ਤਥਾਸਤੂ ਕਹਿਣਾ ਪਿਆ ਬਈ ਠੀਕ ਹੈ, ਜੋ ਕੁਝ ਮੰਗਦਾ ਜੋ ਸੋਚੇਗਾ ਉਸੇ ਤਰ੍ਹਾਂ ਹੀ ਹੋਵੇਗਾ। ਕਹਿੰਦੇ ਨੇ ਇਹ ਵਰ ਲੈ ਕੇ ਭਗਤ ਬੜਾ ਪ੍ਰਸੰਨ ਹੋਇਆ। ਇੱਕ ਦਿਹਾੜੇ ਜੰਗਲ ਵਿੱਚ ਤੁਰਿਆ ਜਾ ਰਿਹਾ ਸੀ ਅਤੇ ਇਕੱਲਿਆਂ ਮਹਿਸੂਸ ਕਰਕੇ ਡਰ ਲੱਗਣ ਲੱਗ ਪਿਆ। ਸੋਚਣ ਲੱਗਾ, ਇਕੱਲਾ ਜਾ ਰਿਹਾ, ਕਿਤੇ ਐਸਾ ਨਾ ਹੋਵੇ ਕੋਈ ਮੁਸੀਬਤ ਹੀ ਆ ਜਾਏ। ਅਤੇ ਮਨ ਵਿੱਚ ਸੋਚਣ ਲੱਗਾ, ਆਖਰ ਕਿਹੜੀ ਮੁਸੀਬਤ ਆਏਗੀ? ਫੌਰਨ ਮਨ ਨੇ ਜਵਾਬ ਦਿੱਤਾ, ਹੋ ਸਕਦਾ ਹੈ ਕੋਈ ਜੰਗਲੀ ਜਾਨਵਰ ਹੀ ਆ ਜਾਏ, ਮਸਲ ਸ਼ੇਰ ਹੀ ਆ ਜਾਏ। ਹੁਣ ਵਰ ਸੀ ਕਿ ਜੋ ਸੋਚੇਗਾ ਪੂਰਾ ਹੋ ਜਾਏਗਾ। ਕਹਿੰਦੇ ਨੇ ਬਸ ਸੋਚਣ ਦੀ ਢਿੱਲ ਸੀ, ਸੱਚਮੁੱਚ ਸ਼ੇਰ ਆ ਗਿਆ। ਕਹਿੰਦੇ ਨੇ ਸ਼ੇਰ ਨੂੰ ਸਾਹਮਣੇ ਵੇਖ ਕੇ ਫੌਰਨ ਮਨ ਨੇ ਇੱਕ ਖਿਆਲ ਦਿੱਤਾ, ਸ਼ੇਰ ਹੈ, ਜੰਗਲੀ ਜਾਨਵਰ ਹੈ, ਕਿਤੇ ਖਾ ਹੀ ਨਾ ਜਾਏ। ਅਤੇ ਵਰ ਸੀ ਜੋ ਸੋਚੇਗਾ ਪੂਰਾ ਹੋਵੇਗਾ, ਸੋਚਣ ਦੀ ਢਿੱਲ ਸੀ। ਸ਼ੇਰ ਨੇ ਛਾਲ ਮਾਰੀ, ਹਮਲਾ ਕੀਤਾ ਅਤੇ ਸੱਚਮੁੱਚ ਖਾ ਗਿਆ। ਜ਼ਰੂਰੀ ਨਹੀਂ ਕਿ ਜੋ ਸੋਚਾਂ ਉਹ ਪੂਰਾ ਹੋ ਹੀ ਜਾਏ, ਅਤੇ ਅਫਸੋਸ ਇਹ ਵੀ ਜ਼ਰੂਰੀ ਨਹੀਂ ਕਿ ਜੋ ਕੁਝ ਸੋਚਾਂ ਜੇ ਪੂਰਾ ਹੋ ਜਾਏ ਮੈਂ ਸੁਖੀ ਹੀ ਹੋਵਾਂਗਾ। ਜ਼ਰੂਰੀ ਨਹੀਂ ਇਹ ਬਾਤ।